ਰਜਿੰਦਰ ਉਰਫ ਪੱਪੂ ਜੋ ਰੋਜ਼ਾਨਾ ਆਪਣੇ ਦੋਸਤਾਂ ਦੇ ਨਾਲ ਮੌਜ ਮਸਤੀ ਕਰਦਾ ਸੀ, ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਉਸਦੇ ਦੋਸਤ ਆਪਣੇ ਹੀ ਜਿਗਰੀ ਯਾਰ ਉਸ ਨੂੰ ਮੌਤ ਦੇ ਘਾਟ ਉਤਾਰ ਦੇਣਗੇ। ਇਹ ਮਾਮਲਾ ਕੈਥਲ ਦੇ ਪਿੰਡ ਢੁੰਡਵਾ ਵਿੱਚ ਦੇਖਣ ਨੂੰ ਮਿਲਿਆ, ਜਿੱਥੇ ਚਾਰ ਦੋਸਤਾਂ ਨੇ ਆਪਣੇ ਹੀ ਦੋਸਤ ਨੂੰ ਖੂਬ ਸ਼ਰਾਬ ਪਿਲਾ ਕੇ ਉਸਦੀ ਛਾਤੀ ਛਲਨੀ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹੀ ਨਹੀਂ, ਉਹਨਾਂ ਨੇ ਫਿਲਮੀ ਸਟਾਈਲ ਵਾਂਗੂ ਲਾਸ਼ ਨੂੰ ਠਿਕਾਣੇ ਲਾਉਣ ਲਈ ਸੁਰੱਖਿਆ ਜਗ੍ਹਾ ਲੱਭ ਕੇ ਠਿਕਾਣੇ ਲਾ ਦਿੱਤਾ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੁਲਿਸ ਦੀ ਜਾਂਚ CIA 1 ਦੇ ਇੰਚਾਰਜ ਮਹਾਵੀਰ ਸਿੰਘ ਨੇ ਕਰਦੇ ਹੋਏ ਚਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਹ ਡੁੰਡਵਾ ਗਾਂਵ ਦਾ ਲੜਕਾ ਥਾ ਜੋ 10-11 ਕੀ ਤਾਰੀਖ ਕੋ 8ਵੇਂ ਮਹੀਨੇ ਮੇਂ ਇਹ ਗਾਇਬ ਹੋ ਗਿਆ ਥਾ ਔਰ ਉਸਕੇ ਘਰ ਵਾਲਿਆਂ ਨੇ ਮੁਕੱਦਮਾ ਦਰਜ ਕਰਵਾਇਆ ਥਾ ਕਿ ਮਾਰਾ ਲੜਕਾ ਲਾਪਤਾ ਹੈ ਜੋ ਬਾਅਦ ਮੇਂ ਉਨਕੇ ਘਰ ਵਾਲਿਆਂ ਨੇ 3 ਵਿਅਕਤੀਓ ਪਰ ਸ਼ੱਕ ਕਰਿਆ ਡੁੰਡਵਾ ਗਾਂਵ ਸੇ ਇੱਕ ਤਿਤਰਮ ਸੇ ਹੈ ਦੋ ਡੁੰਡਵਾ ਗਾਂਵ ਸੇ ਤੋ ਉਨਸੇ ਪੁੱਛਤਾਛ ਕੀ ਗਈ ਔਰ ਉਹਨਾਂ ਨੇ ਕਬੂਲ ਲਿਆ ਕਿ ਉਹਨਾਂ ਨੇ ਉਸਕਾ ਮਰਡਰ ਕੀਆ ਹੈ ਉਸਕੋ ਔਰ ਉਹਨੇ ਬਤਾਇਆ ਕਿ 10-11 ਕੀ ਰਾਤਰੀ ਕੋ ਉਸਕੋ ਸ਼ਰਾਬ ਕੇ ਨਸ਼ੇ ਮੇਂ ਸ਼ਰਾਬ ਕੇ ਨਸ਼ੇ ਮੇਂ ਸ਼ਰਾਬ ਪਿਲਾ ਕਰ ਔਰ ਉਸਕੋ ਯੇ ਸਾਂਬਲੀ ਸੇ ਅਭੀ ਸਿੰਘ ਰੋਡ ਪਰ ਲੈ ਗਏ ਥੇ ਵਹਾਂ ਉਸਕੋ ਗੋਲੀ ਮਾਰੀ ਹੈ ਉਸਕੇ ਬਾਅਦ ਫਿਲਮੀ ਸਟਾਈਲ ਮੇਂ ਜੋ ਫਿਲਮੋਂ ਸੇ ਪ੍ਰਭਾਵਿਤ ਥੇ ਉਹਨਾਂ ਨੇ ਇਸਕੋ ਛੁਪਾਣੇ ਕੇ ਲੀਏ ਡੈਡ ਬੋਡੀ ਕਰਨਾਲ ਏਰੀਏ ਮੇਂ ਗੋਗੜੀਪੁਰ ਗਾਂਵ ਮੇਂ ਨਹਿਰ ਮੇਂ ਗੇਰ ਦੀ ਥੀ ਜੋ ਪ੍ਰਡੀ ਪਰ ਗਈ ਥੀ ਜੋ ਵਹਾਂ ਵੀ ਡੈਡ ਬੋਡੀ ਮਿਲ ਗਈ ਹੈ ਔਰ ਫੋਟੋ ਸੇ ਉਨਕੇ ਘਰ ਵਾਲੋਂ ਕੇ ਸ਼ਨਾਖਤ ਹੋ ਚੁੱਕੀ ਹੈ ਕਿ ਲੜਕਾ ਵਹੀ ਹੈ ਔਰ ਉਨ ਪੇ ਜੋ ਜਿਸ ਜਿਸ ਹਥਿਆਰ ਸੇ ਉਹਨੇ ਮਾਰੇ ਥੇ ਉਹ ਬਰਾਮਦ ਕੀਏ ਜਾ ਚੁੱਕੇ ਦੋ ਦੇਸੀ ਕੱਟੇ ਮਿਲ ਗਏ ਹੈ ਇੱਕ ਦੇਸੀ ਕੱਟਾ ਇਸੇ ਹੀ ਰਿਕਵਰ ਹੋਇਆ ਜਿਸ ਸੇ ਗੋਲੀ ਮਾਰੀ ਥੀ ਮਿੰਟੂ ਸੇ ਔਰ ਦੂਸਰਾ ਉਸਕੇ ਜਸਮੇਰ ਵਗੈਰਾ ਸੇ ਮਿਲਾ ਹੈ ਅਭੀ ਤੋ ਰਿਕਵਰ ਕਰਨ ਦੀ 81 ਮਿਲੀ ਹੈ ਜੋ ਪਿੱਛੇ ਰੱਖੀ ਥੀ ਗੱਡੀ ਮੇਂ ਬਲੇਡਿੰਗ ਲੱਗਿਆ ਥਾ ਉਸ ਪਰ ਔਰ ਵੋ ਉਹਨਾਂ ਨੇ ਸਿਰ ਮਾਈਨਰ ਮੇਂ ਫੈਂਕ ਦੀ ਥੀ ਜੋ ਉਹ ਵੀ ਰਿਕਵਰ ਕਰ ਲਿਆ। For good health, please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.